ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ, ਰੋਜ਼ਾਨਾ ਲੋਕਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਵਾਗਤ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਇੱਕ ਵੱਡੀ ਤੇ ਅਹਿਮ ਖਬਰ। ਗੱਲਬਾਤ ਕਰਾਂਗੇ ਕਿ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਤਾਂ ਇੱਕ ਵਾਰ ਫਿਰ ਵਧੀਆਂ ਨੇ। ਕੋਟਪੁਰਾ ਗੋਲੀ ਕਾਂਡ ਮਾਮਲੇ ਦੇ ਵਿੱਚ ਐਸਆਈਟੀ ਐਕਸ਼ਨ ਦੇ ਵਿੱਚ ਆਈ ਹੈ। ਕੀ ਕੁਝ ਖਬਰ ਹੈ ਕਿ ਸੁਖਬੀਰ ਬਾਦਲ ਦੀ ਕਿਤੇ ਗ੍ਰਿਫਤਾਰੀ ਤਾਂ ਨਹੀਂ ਹੋਣ ਜਾ ਰਹੀ, ਕਿਉਂਕਿ ਉਧਰ ਅਲਟੀਮੇਟਮ ਵੀ ਖਤਮ ਹੋਇਆ ਹੋਇਆ। ਉਹਨਾਂ ਨੇ ਵੀ ਜਿਹੜਾ 15 ਤਰੀਕ ਤੱਕ ਜਿਹੜਾ ਉਹਨਾਂ ਨੇ ਜਾ ਕੇ ਇੱਕ ਵੱਡਾ ਐਕਸ਼ਨ ਲੈਣ ਦਾ ਜਿਹੜਾ ਐਲਾਨ ਬਰਗਾੜੀ ਮੋਰਚੇ ਦੇ ਵੱਲੋਂ ਕਰ ਦਿੱਤਾ ਗਿਆ, ਬਹਿਬਲ ਕਲਾਂ ਮੋਰਚੇ ਦੇ ਵੱਲੋਂ, ਤਾਂ ਉਸ ਪੂਰੇ ਮਾਮਲੇ ਦੇ ਵਿੱਚ ਜਿਸ ਤਰੀਕੇ ਨਾਲ ਸਰਕਾਰ ਪ੍ਰੈਸ਼ਰਾਈਜ਼ ਹੈ ਤੇ ਕਿਤੇ ਆਪਣੇ ਖਿਲਾਫ ਲੋਕਾਂ ਦਾ ਗੁੱਸਾ ਠੰਡਾ ਕਰਨ ਦੇ ਲਈ ਸੁਖਬੀਰ ਦੇ ਖਿਲਾਫ ਕੋਈ ਕਾਰਵਾਈ ਤਾਂ ਨਹੀਂ ਹੋ ਰਹੀ, ਜਾਂ ਫਿਰ ਕੁਝ ਹੋਰ ਕੀ ਕੁਝ ਮਾਮਲੇ ਦੇ ਵਿੱਚੋਂ ਨਿਕਲ ਸਕਦਾ ਹੈ? ਸੁਖਬੀਰ ਨੂੰ ਕਦੋਂ ਸੱਦਿਆ ਤੇ ਕਦੋਂ ਗ੍ਰਿਫਤਾਰੀ ਜਾਂ ਕੁਝ ਹੋਰ ਗੱਲਬਾਤ ਹੋ ਸਕਦੀ ਹੈ, ਉਸ ਤੇ ਜਿਹੜੀ ਅਸੀਂ ਗੱਲਬਾਤ ਕਰਾਂਗੇ। ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅਣਖੀ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਅਣਖੀ ਸਾਹਿਬ, ਸ਼ੁਰੂਆਤ ਆਪਾਂ ਇੱਥੋਂ ਹੀ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਨੂੰ ਸੰਮਣ ਹੋਏ ਆ, ਉਹ ਕਿਹੜੇ ਗੋਲੀਕਾਂਡ ਮਾਮਲੇ ਦੇ ਵਿੱਚ ਹੋਏ ਆ ਔਰ 19 ਤਰੀਕ ਨੂੰ ਜਿਹੜਾ ਉਹਨਾਂ ਨੂੰ ਸੱਦਿਆ ਜਾਣਾ, ਪਹਿਲਾਂ ਤਾਂ ਉਸ ਤੇ ਗੱਲਬਾਤ ਕਰਦੇ ਹਾਂ, ਫਿਰ ਆਪਾਂ ਅੱਗੇ ਵੱਧਦੇ ਹਾਂ। ਸੁਖਵਿੰਦਰ ਜੀ, ਬੇਅਦਬੀ ਦੀਆਂ ਘਟਨਾਵਾਂ ਤੇ ਉਸ ਤੋਂ ਬਾਅਦ ਗੋਲੀਕਾਂਡ ਦਾ ਮੁੱਦਾ ਇੱਕ ਅਜਿਹਾ ਮੁੱਦਾ ਕਿ ਜਿਹੜਾ ਅੱਜ ਤੱਕ ਬਾਦਲਾਂ ਦਾ ਪਿੱਛਾ ਉਹ ਛੱਡ ਨਹੀਂ ਰਿਹਾ, ਕਿਉਂਕਿ ਕੋਈ ਵੀ ਸਰਕਾਰ ਜਿਹੜੀ ਆਉਂਦੀ ਹਮੇਸ਼ਾ ਇਸ ਮੁੱਦੇ ਨੂੰ ਲੈ ਕੇ ਹੀ ਸਰਕਾਰਾਂ ਬਣੀਆਂ ਚੱਲਦੀਆਂ ਤੇ ਗੱਲਾਂ ਬਾਤਾਂ ਕਰਦੀਆਂ ਰਹੀਆਂ, ਪਰ ਗੱਲ ਕਿਸੇ ਤਨ ਪੱਤਰ ਲੱਗੀ ਨਹੀਂ। ਹੁਣ ਇਹ ਤਾਜ਼ਾ ਖਬਰ ਹੁਣ ਇਹ ਆਈ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾਂ ਨੂੰ ਕੱਲ 11 ਵਜੇ 12 ਦਸੰਬਰ ਨੂੰ ਕੱਲ 11 ਵਜੇ SIT LK ਯਾਦਵ ਵਾਲੀ ਜਿਹੜੀ ਆ ਉਸਨੇ ਤਲਬ ਕੀਤਾ ਕੋਟਕਪੂਰਾ ਗੋਲੀਕਾਂਡ ਚ ਸੰਮਣ ਜਿਹੜੇ ਉਹਨਾਂ ਨੂੰ ਭੇਜ ਕੇ ਸੱਦਿਆ ਗਿਆ। ਤੇ ਉਸ ਤੋਂ ਪਹਿਲਾਂ ਵੀ ਸੁਖਵਿੰਦਰ ਜੀ ਤੁਹਾਨੂੰ ਯਾਦ ਹੋਊਗਾ ਕਿ 2 ਵਾਰੀ LK ਯਾਦਵ ਵਾਲੀ ਹੀ SIT ਨੇ ਉਹਨਾਂ ਨੂੰ ਸੱਦਿਆ ਸੀ, ਸੰਮਣ ਭੇਜੇ ਸੀ, ਤੇ ਜਿਹਦੇ ਵੱਲੋਂ ਪਹਿਲਾਂ ਤਾਂ ਇਹ ਗੱਲ ਕਹਿਤੀ ਸੀ ਕਿ ਉਹ ਵਿਦੇਸ਼ ਦੇ ਵਿੱਚ ਨੇ, ਸੰਮਣ ਰਿਸੀਵ ਨਹੀਂ ਹੋਏ, ਫਿਰ ਵਟਸਐਪ ਤੇ ਵੀ ਸੰਮਣ ਉਹਨਾਂ ਨੂੰ ਭੇਜੇ ਗਏ ਸੀ, ਉਦੋਂ ਵੀ ਨਹੀਂ ਆਏ, ਫਿਰ ਕੋਰੀਅਰ ਰਾਹੀਂ ਜਿਹੜੇ ਸੰਮਣ ਸੀ ਉਹ ਭੇਜੇ ਗਏ, ਫਿਰ ਰਿਸੀਵ ਹੋਏ। 2 ਵਾਰੀ ਤਾਂ ਸੁਖਬੀਰ ਸਿੰਘ ਬਾਦਲ ਨਹੀਂ ਤਾਂ ਪੇਸ਼ ਹੋਏ SIT ਦੇ ਅੱਗੇ, ਫਿਰ 14 ਸਤੰਬਰ ਨੂੰ ਤੁਹਾਨੂੰ ਯਾਦ ਹੋਏਗਾ 14 ਸਤੰਬਰ ਨੂੰ ਉਹ ਪੇਸ਼ ਹੋਏ ਸਨ, ਮਤਲਬ LK ਯਾਦਵ ਵਾਲੀ ਜਿਹੜੀ SIT ਦੇ ਅੱਗੇ। ਤਾਂ ਹੁਣ ਦੁਬਾਰਾ ਕੋਟਕਪੂਰਾ ਗੋਲੀਕਾਂਡ ਦੇ ਸੰਬੰਧ ਵਿੱਚ ਕੱਲ 12 ਵਜੇ ਉਹਨਾਂ ਨੂੰ ਤਲਬ ਕੀਤਾ ਗਿਆ। ਇਸ ਤੋਂ ਪਹਿਲਾਂ ਨੌਨਿਹਾਲ ਵਾਲੀ ਜਿਹੜੀ SIT ਸੀ ਉਹਨਾਂ ਵੱਲੋਂ ਵੀ ਸੱਦਿਆ ਗਿਆ ਸੀ, ਉਹਦੇ ਵਿੱਚੋਂ ਵੀ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਸਾਹਮਣੇ ਗਈਆਂ ਸਨ ਉਹ ਪੇਸ਼ ਹੋਏ ਜਾਂ ਨਹੀਂ ਹੋਏ, ਪਰ ਉਹ ਗੱਲ ਕਿਸੇ ਤਨ ਪੱਤਰ ਲੱਗੀ ਨਹੀਂ। ਪਰ ਹੁਣ ਇੱਕਦਮ 12 ਦਸੰਬਰ ਨੂੰ, ਜਾਣੀ ਕਿ ਕੱਲ ਸੋਮਵਾਰ 11 ਵਜੇ ਸੱਦ ਲਿਆ ਜਾਂਦਾ, ਤੇ ਤੁਸੀਂ ਜਿਸ ਤਰੀਕੇ ਨਾਲ ਸਥਿਤੀ ਬਿਆਨ ਕਰ ਰਹੇ ਜੇ ਕਿ ਬਰਗਾੜੀ ਮੋਰਚੇ ਵਾਲਿਆਂ ਨੇ ਵੀ ਜਿਹੜਾ ਟਾਈਮ ਦਿੱਤਾ ਉਹ 15 ਤਰੀਕ ਤੇ ਲਾਗੇ ਚਾਹੇ 15 ਦਸੰਬਰ ਨੂੰ ਉਹਨਾਂ ਨੇ ਕਿਹਾ ਸੀ ਕਿ ਅਸੀਂ ਕੋਈ ਅਹਿਮ ਐਲਾਨ ਜਿਹੜਾ ਉਹ ਕਰਾਂਗੇ, ਤਾਂ ਹੋ ਸਕਦਾ ਸੁਖਵਿੰਦਰ ਜੀ ਪੋਸੀਬਿਲਿਟੀ ਜਿਹੜੀ ਜਿਸ ਤਰੀਕੇ ਨਾਲ ਤੁਸੀਂ ਬਿਆਨ ਕੀਤੀ ਹੈ ਕਿ ਬਿਲਕੁਲ ਉਸੇ ਤਰੀਕੇ ਨਾਲ ਹੋਵੇ, ਕਿਉਂਕਿ ਸਰਕਾਰ ਇਸ ਵੇਲੇ ਇੱਕ ਦਬਾਅ ਦੇ ਵਿੱਚ ਚੱਲਦੀ ਪਈ ਆ, ਤੇ ਉਹ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਬੁਲਾਇਆ ਜਾ ਸਕੇ ਬੁਲਾਇਆ ਜਾਵੇਗਾ ਸਵੇਰੇ, ਕੁਝ ਵੀ ਕਾਰਵਾਈ ਜਿਹੜੀ SIT ਕਰ ਸਕਦੀ ਆ। ਪਰ ਅਜੇ ਮੇਰਾ ਨਹੀਂ ਖਿਆਲ ਕਿ ਏਡੀ ਜਲਦੀ ਸੁਖਬੀਰ ਸਿੰਘ ਬਾਦਲ ਨੂੰ ਉਹ ਜਿਹੜੀ SIT LK ਯਾਦਵ ਵਾਲੀ ਹੱਥ ਪਾਲਣ, ਕਿਉਂਕਿ ਅਜੇ ਜਿਹੜੀਆਂ ਸਥਿਤੀਆਂ ਸੁਖਵਿੰਦਰ ਜੀ ਅਜੇ ਉਹ ਜਿਹੀਆਂ ਬਣੀਆਂ ਨੇ, ਕਿਉਂਕਿ ਇਸ ਤੋਂ ਪਹਿਲਾਂ ਵੀ ਤੁਹਾਨੂੰ ਯਾਦ ਹੋਏਗਾ ਕਿ 29 ਨਵੰਬਰ ਦੇ ਲਾਗੇ ਚਾ ਕੇ ਅਸੀਂ ਗੱਲ ਕੀਤੀ ਸੁਮੇਰ ਸਿੰਘ ਸੈਣੀ ਦੀ, ਉਸ ਨੂੰ ਵੀ SIT ਨੇ ਸੱਦਿਆ ਸੀ, ਉਹ ਪੇਸ਼ ਹੀ ਨਹੀਂ ਹੋਏ। ਸੋ ਇਹੋ ਜਿਹੇ ਮੁੱਦੇ ਜਿਹੜੇ ਨੇ, ਇਹ ਅਧਿਕਾਰੀ ਜਿਹੜੇ ਉੱਚ ਅਧਿਕਾਰੀ ਨੇ, ਅਜੇ ਕੱਲ ਨੂੰ ਸੁਖਬੀਰ ਸਿੰਘ ਬਾਦਲ ਹੁਣੀ ਜਾਂਦੇ ਆ ਨਹੀਂ ਜਾਂਦੇ, ਇਹ ਤਾਂ ਹੁਣ ਕੱਲ ਆਉਣ ਵਾਲਾ ਸਮਾਂ ਦੱਸੇਗਾ। ਪਰ ਸੁਖਵਿੰਦਰ ਜੀ ਜਿਸ ਤਰੀਕੇ ਨਾਲ SIT ਨੇ ਹੁਣ ਦੁਬਾਰਾ ਸੱਦਿਆ ਇੱਕਦਮ ਹੀ, ਤਾਂ ਕੁਦਰਤੀ ਤੌਰ ਤੇ ਇਹ ਬਰਗਾੜੀ ਮੋਰਚੇ ਦਾ ਅਸੀਂ ਕਹਿ ਸਕਣ ਕਿ ਇੱਕ ਤਰੀਕੇ ਦਾ ਉਹਨਾਂ ਦਾ ਦਬਾਅ ਜਿਹੜਾ ਹੈ ਭਗਵੰਤ ਮਾਨ ਤੇ ਸਰਕਾਰ ਦੇ ਉੱਤੇ ਹੈਗਾ, ਤੇ ਸ਼ਾਇਦ ਇਸੇ ਹੀ ਕਾਰਨ ਉਹਨਾਂ ਨੂੰ ਸੱਦਿਆ ਗਿਆ ਆ। ਬਾਕੀ ਸੁਖਵਿੰਦਰ ਜੀ ਇਹ ਜਿਹੜੀ ਸਥਿਤੀ ਆ, ਖਾਸ ਤੌਰ ਤੇ ਕੋਟਕਪੂਰਾ ਗੋਲੀਕਾਂਡ ਜਾਂ ਬਹਿਬਲ ਕਲਾਂ ਜੋ ਵੀ ਆ, ਜਿਹੜੀਆਂ ਸਥਿਤੀਆਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਇਨਵੋਲਵ ਨੇ, ਉਹ ਹਮੇਸ਼ਾ ਇਹ ਕਹਿੰਦੇ ਨੇ ਕਿ ਜਦੋਂ ਗੋਲੀਕਾਂਡ ਚੱਲੀ ਜੀ ਮੈਂ ਤਾਂ ਵਿਦੇਸ਼ ਦੇ ਵਿੱਚ ਸਾਂ, ਮੈਨੂੰ ਪਤਾ ਹੀ ਨਹੀਂ ਕੀ ਹੈ ਜਾਂ ਕੀ ਨਹੀਂ। ਜਦੋਂ ਹੁਣ ਜੇਕਰ ਸੁਖਬੀਰ ਸਿੰਘ ਬਾਦਲ ਹੋਣੀ ਨਿੱਕੇ ਨਿੱਕੇ ਮੁੱਦੇ ਦੇ ਉੱਤੇ ਅਜੋਕੀ ਪੰਜਾਬ ਸਰਕਾਰ ਦੇ ਵਿੱਚ ਇੱਕ ਜ਼ਿੰਮੇਵਾਰੀ ਨਿਰਧਾਰਤ ਕਰ ਦਿੰਦੇ ਆ ਕਿ ਹਾਂ ਵੀ ਮੁੱਖ ਮੰਤਰੀ ਇਸ ਚੀਜ਼ ਦਾ ਜ਼ਿੰਮੇਵਾਰ ਆ, ਕੁਦਰਤੀ ਤੌਰ ਤੇ ਜੇਕਰ ਕਸਟੋਡੀਅਨ ਨੇ ਤਾਂ ਕਸਟੋਡੀਅਨ ਨੂੰ ਭਾਵੇਂ ਪੰਜਾਬ 'ਚ ਹੈਗਾ ਤੇ ਭਾਵੇਂ ਪੰਜਾਬ ਤੋਂ ਬਾਹਰ, ਜ਼ਿੰਮੇਵਾਰੀ ਪੰਜਾਬ ਦੇ ਹਰ ਰਾਜਨੀਤਿਕ ਹਾਲਾਤਾਂ ਦੀ ਜਾਂ ਜੋ ਵੀ ਰਾਜ ਦੇ ਵਿੱਚ ਵਾਪਰਦਾ ਉਹਦੀ ਬਣਦੀ ਆ। ਤਾਂ ਫਿਰ ਇੰਨੀ ਗੱਲ ਕਹਿ ਕੇ ਤੁਸੀਂ ਆਪਣਾ ਪਿੱਛਾ ਸੁਖਵਿੰਦਰ ਜੀ ਨਹੀਂ ਛਡਾ ਸਕਦੇ ਜੀ, ਵੇਖੋ ਜੀ ਜਦੋਂ ਇਹ ਕਾਂਡ ਹੋਇਆ ਮੈਂ ਤਾਂ ਵਿਦੇਸ਼ ਵਿੱਚ ਸਾਂ, ਸ਼ਾਇਦ ਇਹੋ ਹੀ ਇੱਕ ਨੁਕਤਾ ਨਗਾਹ ਆ ਜਿਸ ਨੂੰ SIT ਜਿਹੜੀ ਆਧਾਰ ਬਣਾ ਕੇ ਉਹਨਾਂ ਨੂੰ ਪੁੱਛਗਿੱਛ
ਕੋਸ਼ਿਸ਼ ਜਿਹੜੀ ਆ ਸਵਾਲ ਜਵਾਬ ਉਹਨਾਂ ਨੂੰ ਕਰ ਸਕਦੀ ਆ। ਤੁਸੀਂ ਇੰਨੀ ਗੱਲ ਕਹਿ ਕੇ ਨਹੀਂ ਮੁਕਤ ਹੋ ਸਕਦੇ। ਮੰਨ ਲਓ ਕਿ ਹੁਣ ਕੱਲ੍ਹ ਨੂੰ ਪੰਜਾਬ 'ਚ ਕੋਈ ਘਟਨਾ ਵਾਪਰਦੀ ਆ ਤਾਂ ਪੰਜਾਬ ਦੇ ਮੁੱਖ ਮੰਤਰੀ ਕਹਿਣ, ਵੇਖੋ ਜੀ ਮੈਂ ਤਾਂ ਗੁਜਰਾਤ 'ਚ, ਮੈਨੂੰ ਪਤਾ ਨਹੀਂ। ਇਹ ਕੋਈ ਜਵਾਬ ਜਿਹੜਾ ਇਹ ਮੁੱਖ ਮੰਤਰੀ ਵਾਲਾ ਜਾਂ ਡਿਪਟੀ ਮੁੱਖ ਮੰਤਰੀ ਵਾਲਾ ਜਵਾਬ ਨਹੀਂ ਹੈਗਾ। ਇਹ ਇੱਕ ਜ਼ਿ੮ਮੇਵਾਰ ਅਧਿਕਾਰੀ ਵਾਲਾ ਚਾਹੀਦਾ ਬਿਆਨ ਕਿ ਹਾਂ ਵੀ ਜ਼ਿੰਮੇਵਾਰੀ ਉਸ ਦੀ ਨਿਰਧਾਰਤ ਆ। 5 ਸਾਲ ਵਾਕਡੋਰ ਜਿਹੜੀ ਆ ਤੁਹਾਨੂੰ ਸੌਂਪੀ ਗਈ ਆ, ਲੋਕਾਂ ਨੇ ਉਸ ਸਮੇਂ ਵੀ ਸੌਂਪੀ ਸੀ, ਤਾਂ ਉਸ ਵਕਤ ਜਿਹੜੀ ਵੀ ਕੋਈ ਵਾਰਦਾਤ ਹੁੰਦੀ ਹੈ, ਜਿਹੜੀ ਵੀ ਕੋਈ ਘਟਨਾ ਹੁੰਦੀ ਆ, ਇੰਨੀ ਗੱਲ ਈਵਨ ਕਿ ਅੱਜ ਵੀ ਅਗਰ ਕੋਈ ਘਟਨਾ ਹੁੰਦੀ ਤੇ ਰਾਜ ਦਾ ਮੁੱਖ ਮੰਤਰੀ ਜਾਂ ਗ੍ਰਹਿ ਮੰਤਰੀ ਇੰਨੀ ਗੱਲ ਕਹਿ ਕੇ ਆਪਣਾ ਪੱਲਾ ਨਹੀਂ ਝਾੜ ਸਕਦੇ। ਜੀ ਵੇਖੋ ਜੀ ਮੈਂ ਤਾਂ ਉਸ ਵੇਲੇ ਬਾਹਰ ਸਾਂ। ਇਹ ਇੱਕ ਸਟੇਟ ਨੂੰ ਚਲਾਉਣ ਦੀ ਗੱਲ ਹੁੰਦੀ ਆ, ਇਹ ਘਰ ਦੀਆਂ ਜ਼ਿੰਮੇਵਾਰੀਆਂ ਜਾਂ ਕਿ ਸਕੂਲ ਕਾਲਜ ਦੇ ਵਿੱਚ ਨਹੀਂ, ਇੰਨੀ ਬੰਦਾ ਕਹਿ ਸਕਦਾ ਕਿ ਹਾਂਜੀ ਮੈਨੂੰ ਤਾਂ ਪਤਾ ਹੀ ਨਹੀਂ। ਸੋ ਇਸ ਮੁੱਦੇ ਤੇ ਕੱਲ SIT ਜਿਹੜੀ ਆ ਉਹਨਾਂ ਨੂੰ ਸਵਾਲ ਜਵਾਬ ਜਿਹੜੇ ਆ ਉਹ ਕਰ ਸਕਦੀ ਹੈ। ਜੀ ਬਿਲਕੁਲ। ਤਾਂ ਜਿਸ ਤਰੀਕੇ ਦੇ ਨਾਲ ਸਰਕਾਰ ਦੇ ਉੱਪਰ ਅਲਟੀਮੇਟਮ ਖਤਮ ਹੋਣ ਤੋਂ ਬਾਅਦ ਜਿਹੜਾ ਸਰਕਾਰ ਦੇ ਕੁਝ ਮੰਤਰੀਆਂ ਤੇ ਅਸਤੀਫੇ ਦੇਣ ਦਾ ਜਿਹੜਾ ਖਤਰਾ ਮੰਡਰਾਇਆ ਹੋਇਆ, ਦੂਜੇ ਪਾਸੇ ਸਰਕਾਰ ਦੇ ਲਈ ਵੀ ਬਹੁਤ ਵੱਡਾ ਖਤਰਾ ਜਿਹੜਾ ਉਹ ਮੰਡਰਾਇਆ ਹੋਇਆ, ਤਾਂ ਉੱਥੇ ਇਹ ਲੱਗ ਸਕਦਾ ਕਿ ਅਲਟੀਮੇਟਮ ਤੋਂ ਬਚਣ ਦੇ ਲਈ, ਜਿਹੜਾ ਬਰਗਾੜੀ ਮੋਰਚੇ ਦੇ ਐਕਸ਼ਨ ਤੋਂ ਬਚਣ ਦੇ ਲਈ, ਲੋਕਾਂ ਦੇ ਗੁੱਸੇ ਤੋਂ ਬਚਣ ਦੇ ਲਈ ਹੋ ਸਕਦਾ ਕਿ ਸੁਖਬੀਰ ਤੇ ਕੁਝ ਨਾ ਕੁਝ ਜਿਹੜੀ ਕਾਰਵਾਈ ਕੋਈ ਕੀਤੀ ਜਾ ਸਕੇ। ਬੇਸ਼ੱਕ ਸੁਖਬੀਰ ਘੰਟੇ ਬਾਅਦ ਬਾਹਰ ਆ ਜਾਣ, ਬੇਸ਼ੱਕ ਦੂਜੇ ਦਿਨ ਬਾਹਰ ਆ ਜਾਣ, ਬੇਸ਼ੱਕ ਤੀਜੇ ਦਿਨ ਬਾਹਰ ਆ ਜਾਣ, ਕੋਈ ਲੱਗਦਾ ਕਿ ਆਪਣੇ ਆਪ ਦਾ ਜਿਹੜਾ ਆਪਣੇ ਉੱਪਰ ਜਿਹੜਾ ਗੁੱਸਾ ਟਾਲਣ ਦੇ ਲਈ ਸਰਕਾਰ ਜਿਹੜੀ ਹੈ, ਜਿਵੇਂ ਸੁਮੇਧ ਸਿੰਘ ਸੈਣੀ ਨੂੰ ਪਿਛਲੀ ਵਾਰੀ ਗ੍ਰਿਫਤਾਰ ਜਿਹੜਾ ਤੁਸੀਂ ਦੇਖਿਆ ਕਿ ਆਪਾਂ ਪਿਛਲੀ ਸਰਕਾਰ ਦੇ ਮੌਕੇ ਜਿਹੜਾ ਉਹ ਕੀਤਾ ਗਿਆ ਸੀਗਾ, ਹਾਲਾਂਕਿ ਬਾਅਦ ਵਿੱਚ ਬਲੈਂਕਟ ਬੇਲ ਜਿਹੜੀ ਉਹਨਾਂ ਨੂੰ ਮਿਲ ਗਈ ਸੀ ਸੁਮੇਧ ਸਿੰਘ ਸੈਣੀ ਨੂੰ, ਤੇ ਉਸ ਤਰੀਕੇ ਦੇ ਨਾਲ ਲੱਗਦਾ ਕਿ ਸੁਖਬੀਰ ਬਾਦਲ ਤੇ ਵੀ ਉਸ ਤਰੀਕੇ ਦੇ ਨਾਲ ਕੋਈ ਕਾਰਵਾਈ ਜਿਹੜੀ ਹੋ ਸਕਦੀ ਹੈ, ਤਾਂ ਜੋ ਸਰਕਾਰ ਆਪਣੇ ਉੱਪਰੋਂ ਜਿਹੜਾ ਲੋਕਾਂ ਦਾ ਗੁੱਸਾ, ਬਰਗਾੜੀ ਮੋਰਚੇ ਦਾ, ਬਹਿਬਲ ਕਲਾਂ ਮੋਰਚੇ ਦਾ ਜਿਹੜਾ ਗੁੱਸਾ ਘੱਟ ਕਰ ਸਕੇ। ਸੁਖਵਿੰਦਰ ਜੀ, ਜਿਹੜੀਆਂ ਤੁਹਾਡੇ ਪ੍ਰਸ਼ਨ ਜਿਹੜਾ ਤੁਸੀਂ ਕੀਤਾ, ਇਹਦੇ ਦੋ ਹੈਗੇ, ਦੋ ਭਾਗਾਂ ਚ ਵੱਡਿਆ। ਇੱਕ ਤਾਂ ਜਿਹੜੀ ਅਸਤੀਫਿਆਂ ਦੀ ਗੱਲ ਜਿਹੜੀ ਤੁਸੀਂ ਕਰ ਰਹੇ ਜੇ, ਅਸਤੀਫੇ ਤਾਂ ਸੁਖਵਿੰਦਰ ਜੀ ਉਸ ਦਿਨ ਉਹ ਜਿਹੜੇ ਅੰਮ੍ਰਿਤਧਾਰੀ ਗੁਰੂ ਨੂੰ ਪਿਆਰੇ ਗੁਰੂ ਦੀ ਹਜ਼ੂਰੀ ਚ ਖਲੋ ਕੇ ਜਿਹੜੇ ਬੋਲ ਕੇ ਆਏ ਸੀ ਕਰਤਾਰ ਸਿੰਘ ਸਦਵੀ ਹੋਣਾ, ਉਹਨਾਂ ਨੇ ਇੰਨੀ ਗੱਲ ਕਹਿਤੀ ਸੀ ਕਿ ਮੈਂ ਤਾਂ ਕਿਹਾ ਹੀ ਨਹੀਂ ਕਿ ਮੈਂ ਅਸਤੀਫਾ ਦਊਂਗਾ, ਮੈਂ ਤਾਂ ਇਹੋ ਜਿਹੀ ਗੱਲ ਹੀ ਨਹੀਂ ਕੀਤੀ, ਮੈਂ ਤਾਂ ਗੁਰੂ ਦੀ ਕਚਹਿਰੀ ਦੇ ਵਿੱਚ ਇੰਨੀ ਗੱਲ ਕਹੀ ਸੀ ਕਿ ਇੱਥੇ ਵੀ ਝੂਠਾ ਤੇ ਉੱਥੇ ਵੀ ਚਿੱਟਾ, ਅਸਤੀਫਿਆਂ ਦੀ ਤੇ ਉਹਨਾਂ ਨੇ ਗੱਲ ਹੀ ਨਹੀਂ ਕੀਤੀ। ਸੋ ਅਸਤੀਫਿਆਂ ਦੀ ਵਾਲੀ ਗੱਲ ਤੁਸੀਂ ਨਾ ਹੀ ਆਪਣੇ ਇਸ ਪ੍ਰਸ਼ਨ ਚ ਜੋੜਿਆ ਕਰੋ, ਕਿਉਂਕਿ ਕੁਰਸੀਆਂ ਸਾਰਿਆਂ ਨੂੰ ਪਿਆਰੀਆਂ ਹੁੰਦੀਆਂ ਨੇ, ਤੇ ਇਸ ਮੁੱਦੇ ਤੇ ਕੋਈ ਵੀ ਬੰਦਾ, ਮੇਰਾ ਨਹੀਂ ਖਿਆਲ ਕਿ ਇਹੋ ਜਿਹੀ ਅਹਿਮ ਜਿਹੜੀ ਸੇਵਾ ਉਹਨਾਂ ਦੀ ਨਜ਼ਰ ਜਿਹੜੀ ਕਰ ਰਹੇ ਉਹ ਛੱਡਣ, ਇਹ ਤਾਂ ਗੱਲ ਇੱਕ ਅਲੱਗ ਆ। ਹਾਂ, ਸਰਕਾਰ ਦੇ ਉੱਤੇ ਸੁਖਵਿੰਦਰ ਜੀ ਪ੍ਰੈਸ਼ਰ ਜ਼ਰੂਰ ਹੈਗਾ, ਪ੍ਰੈਸ਼ਰ ਇਸ ਕਰਕੇ ਕਿਉਂਕਿ ਇਸ ਮੁੱਦੇ ਨੂੰ ਜਿਸ ਤਰੀਕੇ ਨਾਲ ਹਰ ਮੌਕੇ ਤੇ ਅਸੀਂ ਹੀ ਆਭਾਰ ਹੈ ਆਪਣੇ ਚੈਨਲ ਤੇ, ਚਾਹੇ 24 ਘੰਟਿਆਂ ਦੀ ਗੱਲ ਹੋਵੇ, ਚਾਹੇ 3 ਮਹੀਨਿਆਂ ਦੀ ਗੱਲ ਹੋਵੇ, ਚਾਹੇ 45 ਦਿਨਾਂ ਦੀ ਗੱਲ ਹੋਵੇ, ਅਸੀਂ ਸਮੇਂ ਸਮੇਂ ਤੇ ਇਸ ਮੁੱਦੇ ਨੂੰ ਆਪਣੇ ਇਸ ਪ੍ਰੋਗਰਾਮ ਦਾ ਹਿੱਸਾ ਹਮੇਸ਼ਾ ਬਣਾਇਆ, ਤੇ ਕਵਰ ਵਿਜੇ ਪ੍ਰਤਾਪ ਵੱਲੋਂ ਜਿਹੜੀਆਂ ਕੀਤੀਆਂ ਜਾਂਦੀਆਂ ਟਿੱਪਣੀਆਂ ਉਹਨਾਂ ਨੂੰ ਵੀ ਅਸੀਂ ਸਾਹਮਣੇ ਜਿਹੜਾ ਲਿਆਉਂਦੇ ਰਹੇ ਇਸ ਮੌਕੇ ਤੇ। ਬਾਕੀ ਚੈਨਲ ਵੀ ਚਲੋ ਕਰਦੇ ਹੋਣਗੇ, ਪਰ ਅਸੀਂ ਆਪਣੀ ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ, ਤਾਂ ਉਹ ਸਾਰੇ ਸੰਬੰਧ ਦੇ ਵਿੱਚ ਸੁਖਵਿੰਦਰ ਜੀ ਸਰਕਾਰ ਤੇ ਦਬਾਅ ਤਾਂ ਜ਼ਰੂਰ ਹੈਗਾ, ਕਿਉਂਕਿ ਇਨਸਾਫ਼ ਮੋਰਚੇ ਵਾਲੇ ਵੀ ਚਲੋ ਜਿਸ ਤਰੀਕੇ ਨਾਲ ਵੀ ਆ, ਹੁਣ ਬੇਸ਼ੱਕ ਉਹ ਇਨਸਾਫ਼ ਮੋਰਚਾ ਕਿਹੋ ਜਿਹੀ ਸਥਿਤੀ ਅਖਤਿਆਰ ਕਰ ਰਿਹਾ, ਕਿਹੋ ਜਿਹਾ ਨਹੀਂ ਕਰ ਰਿਹਾ, ਉਹ ਇੱਕ ਅਲੱਗ ਵਿਸ਼ਾ, ਪਰ ਫਿਰ ਵੀ ਇੱਕ ਦਬਾਅ ਜਦੋਂ ਬੇਅਦਬੀ ਦਾ ਜਾਂ ਗੋਲੀਕਾਂਡ ਦਾ ਆਉਂਦਾ ਤਾਂ ਕੁਦਰਤੀ ਤੌਰ ਤੇ ਲੋਕਾਂ ਦੀ ਭਾਵਨਾਤਮਕ ਜਿਹੜੀ ਸੋਚ ਆ ਜਾਂ ਮਾਨਸਿਕਤਾ ਜਿਹੜੀ ਆ ਉਹਦੇ ਨਾਲ ਜੁੜ ਜਾਂਦੀ ਆ, ਤਾਂ ਸਰਕਾਰ ਇਸ ਗੱਲ ਨੂੰ ਮਹਿਸੂਸ ਕਰਦੀ ਹੈ। ਹਾਂ, ਹੋ ਸਕਦਾ ਕਿ ਕੱਲ ਜਿਹੜੇ ਸੁਖਬੀਰ ਸਿੰਘ ਬਾਦਲ ਹੋਣੀ ਕੱਲ ਜਾਂ ਪਰਸੋਂ ਜਾਣ, ਤਾਂ ਉਸ ਵਕਤ ਉਹਨਾਂ ਨੂੰ ਕਹਿ ਦੇਣ ਕਿ ਹਾਂਜੀ ਤੁਸੀਂ ਆ ਜਾਓ, ਬਹਿ ਜਾਓ, ਕੋਈ ਗੱਲ ਨਹੀਂ, ਤਾਂ ਇੱਕ ਘੰਟੇ ਬਾਅਦ ਜਾਂ ਅੱਧੇ ਘੰਟੇ ਬਾਅਦ ਉਹਨਾਂ ਦੇ ਵਕੀਲ ਲੈ ਕੇ ਪਹੁੰਚ ਜਾਣ। ਪਰ ਸੁਖਵਿੰਦਰ ਜੀ ਇਹ ਸਥਿਤੀ ਹੋ ਸਕਦੀ ਆ ਪੋਸੀਬਲ, ਕਿਉਂਕਿ ਹਾਈਪੋਥੀਸਿਸ ਸਿਰਜਿਆ ਜਾ ਸਕਦਾ, ਪਰ ਮੇਰਾ ਨਹੀਂ ਖਿਆਲ ਸੁਖਵਿੰਦਰ ਜੀ ਇਹੋ ਜਿਹੀ ਜਿਹੜੀ ਸਥਿਤੀ ਆ ਜਾਂ ਇਹੋ ਜਿਹੀ ਇੱਛਾ ਸ਼ਕਤੀ ਹੈ ਜਿਹੜੀ ਉਹ ਮੌਜੂਦਾ ਪੰਜਾਬ ਸਰਕਾਰ ਦੇ ਵਿੱਚ ਇਹਨਾਂ ਅਫਸਰਾਂ ਦੇ ਵਿੱਚ ਹੋਵੇ। ਤੁਹਾਨੂੰ ਯਾਦ ਹੋਣਾ, ਤੁਸੀਂ ਵੀ ਪ੍ਰੋਗਰਾਮ ਦੀ ਕੀਤਾ ਸੀ ਜਿਹਦੇ ਵਿੱਚ ਕਵਰ ਵਿਜੇ ਪ੍ਰਤਾਪ ਕਹਿੰਦੇ ਸੀ ਕਿ ਕਿਸੇ ਵੀ ਅਫਸਰ ਦੀ ਇੰਨੀ ਹਿੰਮਤ ਨਹੀਂ ਹੈਗੀ ਕਿ ਬਾਦਲ ਪਰਿਵਾਰ ਦੇ ਕਿਸੇ ਵੀ ਵਿਅਕਤੀ ਦੇ ਖਿਲਾਫ ਦੋ ਲੈਣਾ ਵੀ ਉਹ ਲਿਖ ਸਕਣ। ਤੇ ਈਵਨ ਕਿ ਸੁਖਵਿੰਦਰ ਜੀ ਸਰਕਾਰ ਜਿਹੜੀ ਹੁਣ ਭਗਵੰਤ ਮਾਨ ਦੀ ਸਰਕਾਰ ਆ, ਅੱਜ ਤੱਕ ਅਕਾਲੀ, ਮਾਫ਼ ਕਰਦਾ, ਕਾਂਗਰਸੀ ਮੰਤਰੀ ਭ੍ਰਿਸ਼ਟਾਚਾਰ ਦੇ ਦੋ ਚ ਫੜ ਫੜ ਕੇ ਤੇ ਅੰਦਰ ਕੀਤੇ ਜਾ ਰਹੇ ਆ, ਪਰ ਅਜੇ ਤੱਕ ਕਿਸੇ ਵੀ ਅਕਾਲੀ ਮੰਤਰੀ, ਅਕਾਲੀ ਡਿਪਟੀ ਮੁੱਖ ਮੰਤਰੀ ਜਾਂ ਮੁੱਖ ਸਾਬਕਾ ਮੁੱਖ ਮੰਤਰੀ ਨੂੰ ਇਸ ਮੁੱਦੇ ਤੇ, ਜਦੋਂ ਕਿ ਇਹ ਮੁੱਦਾ ਸਿੱਧੇ ਤੌਰ ਤੇ ਉਹਨਾਂ ਨਾਲ ਸਪਸ਼ਟ, ਉਹਨਾਂ ਨਾਲ ਜੁੜਿਆ ਆ, ਪੰਜਾਬ ਦੇ ਲੋਕ ਜ਼ਿੰਮੇਵਾਰ ਉਹਨਾਂ ਨੂੰ ਮੰਨਦੇ, ਜ਼ਿੰਮੇਵਾਰ ਹਨ ਜਾਂ ਨਹੀਂ, ਇਹ ਤਾਂ ਕੋਰਟ ਦੀਆਂ ਜਾਂਚਾਂ ਫੈਸਲਾ ਕਰਨਗੀਆਂ, ਪਰ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਗੱਲ ਧਾਰਨਾ ਜਿਹੜੀ ਪੱਕੀ ਬਣ ਚੁੱਕੀ ਆ ਕਿ ਉਸ ਗੋਲੀਕਾਂਡ ਦੇ ਜ਼ਿੰਮੇਵਾਰ ਜਿਹੜਾ ਬਾਦਲ ਪਰਿਵਾਰ ਆ। ਇਹਨਾਂ ਸਭ ਕੁਝ ਹੋਣ ਦੇ ਬਾਵਜੂਦ ਵੀ 7 ਸਾਲ ਸੁਖਵਿੰਦਰ ਜੀ ਬੀਤ ਗਏ ਆ, ਕਿਸੇ ਵੀ ਸਰਕਾਰ ਦੀ, ਕਿਸੇ ਵੀ ਮੁੱਖ ਮੰਤਰੀ ਦੀ ਇੰਨੀ ਹਿੰਮਤ ਨਹੀਂ ਪਈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਾਂ ਪ੍ਰਕਾਸ਼ ਸਿੰਘ ਬਾਦਲ ਨੂੰ ਅੱਧੇ ਜਾਂ ਪੌਣੇ ਘੰਟੇ ਵਾਸਤੇ ਬਹਾਲ ਲਿਆ ਜਾਵੇ ਕਿ ਹਾਂ ਵੀ ਚਲੋ ਠੀਕ ਆ, ਕਾਰਵਾਈਆਂ ਪਾ ਦਿੱਤੀਆਂ ਜਾਣ। ਸੋ ਅਜਿਹੀ ਸਥਿਤੀ ਸੁਖਵਿੰਦਰ ਜੀ ਲੱਗਦੀ ਨਹੀਂ,
ਐ ਮੇਰਾ ਨਹੀਂ ਖਿਆਲ ਕਿ ਭਗਵੰਤ ਮਾਨ ਅਜਿਹੀ ਗਲਤੀ ਕਰਕੇ ਇੱਕ ਸੁੱਤੀ ਕਲਾ ਜਿਹੜੀ ਆ ਆਪਣੇ ਖਿਲਾਫ ਜਗਾਲਣਗੇ ਜਾਂ ਇਹੋ ਜਿਹਾ ਮੁੱਦਾ ਜਿਹੜਾ ਲੋਕਾਂ ਨੂੰ ਅਕਾਲੀ ਦਲ ਨੂੰ ਦੇ ਦੇਣਗੇ ਕਿ ਵੇਖੋ ਜੀ ਬਦਲੇ ਦੀ ਰਣਨੀਤੀ ਦੇ ਤਹਿਤ ਹੋ ਰਿਹਾ। ਬਾਕੀ ਸਰਕਾਰ ਨੇ ਕੀ ਕਰਨਾ ਜਾਂ ਕੀ ਨਹੀਂ ਕਰਨਾ ਸੁਖਵਿੰਦਰ ਜੀ ਉਹ ਤਾਂ ਸਮਾਂ ਦੱਸੇਗਾ, ਕਿਉਂਕਿ ਜਿਸ ਤਰੀਕੇ ਨਾਲ SIT ਹੌਲੀ 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 ਆਪਣਾ ਜਿਹੜਾ ਘੇਰਾ ਉਹ ਤੰਗ ਕਰਦੀ ਜਾ ਰਹੀ ਹੈ ਜਾਂ ਉਹਨਾਂ ਨੂੰ ਬੁਲਾ ਰਹੀ ਹੈ, ਹੁਣ ਅੰਦਰ SIT ਕੀ ਗੱਲਬਾਤ ਕਰਦੀ ਹੈ ਕੀ ਨਹੀਂ ਕਰਦੀ। ਕਵਰ ਵਿਜੇ ਪ੍ਰਤਾਪ ਸਿੰਘ ਹੋਣਾਂ ਦੀ ਉਹ ਵੀ ਗੱਲ ਯਾਦ ਆਉਂਦੀ ਜਦੋਂ ਕਹਿੰਦੇ ਕਿ ਚਾਹ ਪਾਣੀ ਪਕੌੜੇ ਪੂਰੇ ਖਵਾ ਕੇ ਭੇਜ ਦਿੱਤਾ ਗਿਆ, ਪਤਾ ਨਹੀਂ ਅੰਦਰ ਕੀ ਹੁੰਦਾ ਜਾਂ ਕੀ ਨਹੀਂ ਹੁੰਦਾ। ਤੇ ਜੇ ਸੁਖਵਿੰਦਰ ਜੀ ਵਾਕਿਆ ਹੀ ਇਹ ਜਾਂਚ ਪੂਰਨ ਤੌਰ ਤੇ SIT ਵੱਲੋਂ ਨਿਰਪੱਖ ਤੌਰ ਤੇ ਕੀਤੀ ਗਈ ਹੁੰਦੀ ਜਾਂ ਕੀਤੀ ਜਾ ਰਹੀ ਹੁੰਦੀ ਤਾਂ ਸੁਖਵਿੰਦਰ ਜੀ ਹੁਣ ਤੱਕ ਇਹ ਗੱਲ ਕਿਸੇ ਨਾ ਕਿਸੇ ਤਨ ਪੱਤਰ ਲੱਗੀ ਹੋਣੀ ਸੀ, ਚਾਹੇ ਉਹ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸੀ, ਚਾਹੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਤੇ ਚਾਹੇ ਆਹ 9 ਮਹੀਨਿਆਂ ਦੀ ਸਰਕਾਰ ਜਿਹੜੀ ਚੱਲ ਰਹੀ ਹੈ ਭਗਵੰਤ ਮਾਨ ਦੀ ਸਰਕਾਰ ਆ, ਅਜੇ ਤੱਕ ਇਹ ਡਰਾਮਾ ਹੀ ਲੋਕਾਂ ਨੂੰ ਵੇਖਣ ਨੂੰ ਮਿਲਦਾ ਪਿਆ ਕਿ ਸੱਤ ਲਿਆ SIT ਚਲੇ ਗਈ, ਉਹ ਆ ਗਏ, ਉਹ ਵਾਪਸ ਚਲੇ ਗਏ ਚਲੇ ਗਏ। ਬਸ ਇਹੋ ਜਿਹੀ ਗੱਲ ਠੰਡੇ ਬਸਤੇ ਚ ਪਾ ਕੇ ਇਹਨਾਂ ਮਸਲਿਆਂ ਨੂੰ ਸੁਖਵਿੰਦਰ ਜੀ ਰੋਲਿਆ ਜਾ ਰਿਹਾ, ਦੱਬਿਆ ਜਾ ਰਿਹਾ। ਸੋ ਵੇਖੋ ਹੁਣ ਵਾਲੀ ਗੱਲ, ਕੱਲ ਮੇਰਾ ਨਹੀਂ ਖਿਆਲ ਕਿ ਜਿਹੜੀਆਂ ਸਥਿਤੀਆਂ ਸੁਖਵਿੰਦਰ ਜੀ ਇਹੋ ਜਿਹੀਆਂ ਜਿਹੜੀਆਂ ਬਣ ਗਈਆਂ। ਮੈਨੂੰ ਪੰਜਾਬ ਦੇ ਇੱਕ ਮੁੱਖ ਮੰਤਰੀ ਦੀ ਗੱਲ ਅਚਾਨਕ ਯਾਦ ਆ ਗਈ, ਸੁਖਵਿੰਦਰ ਜੀ ਉਹਨੂੰ ਕਿਸੇ ਨੇ ਕਹਿਣਾ ਨਾ ਕਿ ਮੁੱਖ ਮੰਤਰੀ ਸਾਹਿਬ ਤੁਹਾਡੇ ਆ ਬੁੱਕਲ ਚ ਸਾਹਿਬ ਬੈਠਾ, ਤਾਂ ਉਹਨੇ ਪਹਿਲਾਂ ਇੰਨੀ ਗੱਲ ਕਹਿਣੀ ਕਿ ਪਹਿਲਾਂ ਮੈਨੂੰ ਐਫੀਡੇਵਿਟ ਦਿਓ। ਮਤਲਬ ਇਹ ਕਹਾਣੀ ਉਹਨਾਂ ਦਿਨਾਂ ਚ ਪ੍ਰਚਲਿਤ ਸੀ ਇਹੋ ਜਿਹੀਆਂ। ਤੋ ਸੋ ਸੁਖਵਿੰਦਰ ਜੀ ਗੱਲ ਇਹ ਹੁੰਦੀ ਕਿ ਤੁਹਾਡਾ ਵਿਸ਼ਵਾਸ ਲੋਕਾਂ ਦੇ ਕਹਿਣ ਤੇ ਕਿੰਨਾ ਖਾ, ਤੁਹਾਡੀ ਆਪਣੀ ਅਫਸਰਸ਼ਾਹੀ ਤੇ ਤੁਸੀਂ ਕਿੰਨਾ ਵਿਸ਼ਵਾਸ ਕਰਦੇ ਜੇ, ਜਾਂ ਤੁਹਾਡੀ ਜਿਹੜੀ ਜਾਂਚਾਂ ਜਿਹੜੀਆਂ SIT ਤੁਸੀਂ ਬਣਾਈਆਂ ਨੇ ਕੀ ਉਹ ਪੂਰਨ ਤੌਰ ਤੇ ਠੀਕ ਰੋਲ ਨਿਭਾ ਰਹੀਆਂ ਨੇ, ਠੀਕ ਜਾਂਚ ਕਰ ਰਹੀਆਂ ਨੇ। ਤੇ ਜੇਕਰ ਇੱਕ ਪਾਸੇ ਤੁਹਾਡੀ ਹੀ ਸਰਕਾਰ ਦਾ ਵਿਧਾਇਕ ਜਿਹੜਾ ਉਸ ਮੁੱਦੇ ਨਾਲ ਪੂਰਨ ਤੌਰ ਤੇ ਜੁੜਿਆ, ਉਹ ਬਾਰ ਬਾਰ ਰੌਲਾ ਪਾਉਂਦਾ ਕਿ ਭਲੇ ਮਾਸੋ ਮੇਰੇ ਕੋਲ ਲੋ ਕੋਈ, ਤੁਸੀਂ ਕਹਿੰਦੇ ਕਿ ਨਹੀਂ 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 ਅਸੀਂ ਨਹੀਂ ਜਾਂ ਅਸੀਂ ਜਾਂਚ ਕਰਾਉਣੀ ਹੈ ਇਹਦੇ ਕੋਲ ਜਾਂਚ ਕਰਾਉਣੀ ਆ, ਫਿਰ ਉਹ ਮੁੱਖ ਮੰਤਰੀ ਵਾਲੀ ਗੱਲ ਯਾਦ ਆ ਜਾਂਦੀ ਆ। ਬੜੀ ਪ੍ਰਚਲਿਤ ਗੱਲ ਸੀ ਜਦੋਂ ਅੱਤਵਾਦ ਬਾਅਦ ਦੇ ਦੌਰ ਦੀ ਗੱਲ, ਮੁੱਖ ਮੰਤਰੀ ਸਾਹਿਬ ਤਾਂ ਚਲੋ ਉੱਥੇ ਉਹਨਾਂ ਨੂੰ ਕਹਿਣਾ ਕਿ ਹਾਂ ਜੀ ਮੁੱਖ ਮੰਤਰੀ ਸਾਹਿਬ ਤੁਹਾਡੇ ਲਾਗੇ ਸੱਪ ਬੈਠਾ, ਉਹਨਾਂ ਕਹਿੰਦਾ ਨਹੀਂ ਪਹਿਲਾਂ ਐਫੀਡੇਵਿਟ ਤੋਂ ਫਿਰ ਵੇਖਾਂਗੇ। ਉਹੋ ਜਿਹੀ ਜਿਹੜੀ ਸਥਿਤੀ ਆ ਸੁਖਵਿੰਦਰ ਜੀ ਮੈਨੂੰ ਭਗਵੰਤ ਮਾਨ ਦੇ ਸੰਬੰਧ 'ਚ ਆਉਂਦੀ ਆ ਕਿ ਤੁਹਾਡਾ ਵਿਧਾਇਕ ਉਹ ਇੱਕ ਸਾਬਕਾ IPS ਅਧਿਕਾਰੀ ਸਾਰੇ ਮੁੱਦੇ ਨੂੰ ਜੋੜ ਕੇ ਸਾਰੀ ਗੱਲ ਕਹਿ ਰਿਹਾ ਕਿ ਇੱਦਾਂ ਨਹੀਂ ਇੱਦਾਂ ਕਰ ਦਿਓ, ਕਹਿੰਦੇ ਨਾ ਇੱਦਾਂ ਨਹੀਂ ਆਪਾਂ ਕਰਨਾ, ਆਪਾਂ ਜਾਂਚ ਕਰਾਵਾਂਗੇ, ਜਾਂਚ ਕਰਾ ਕੇ SIT ਬਣਾਵਾਂਗੇ ਫਿਰ ਵੇਖਾਂਗੇ। ਤੇ ਜਦੋਂ ਸੁਖਵਿੰਦਰ ਜੀ ਜਾਂਚਾਂ ਕਰਵਾਈਆਂ ਜਾਣ ਤਾਂ ਸਾਫ ਅਰਥ ਇਹ ਹੁੰਦਾ ਕਿ ਇਸ ਮਸਲੇ ਨੂੰ ਹੱਲ ਨਹੀਂ ਕਰਨਾ, ਇਸ ਮਸਲੇ ਨੂੰ ਲਟਕਾ ਕੇ ਰੱਖਣਾ। ਤੇ ਸ਼ਾਇਦ ਇਹੋ ਹੀ ਕਾਰਨ ਆ ਕਿ ਉਹ ਵਿਅਕਤੀ ਜਿਹੜਾ ਕਵਰ ਵਿਜੇ ਪ੍ਰਤਾਪ ਬਾਰ ਬਾਰ ਇਹ ਗੱਲ ਕਹਿੰਦਾ, ਭਾਵੇਂ ਕਿਸੇ ਵੀ ਸਟੇਜ ਤੋਂ ਕਰਤਾਰ ਸਿੰਘਾਂ ਦੇ ਸਪੀਕਰ ਦੇ ਸਾਹਮਣੇ ਵੀ ਕਹਿ ਦਿੰਦੇ ਕਿ ਭਲੇ ਮਾਸੋ ਇਨਸਾਫ਼ ਇਨਸੂਫ਼ ਕੋਈ ਨਹੀਂ, ਜੇ ਮਿਲਣਾ ਇਨਸਾਫ਼ ਤੁਹਾਨੂੰ ਆਪ ਹੀ ਲੈਣਾ ਪੈਣਾ। ਬਾਕੀ ਇਹ ਡਰਾਮਾ ਸੁਖਵਿੰਦਰ ਜੀ ਸਵੇਰੇ ਫਿਰ ਚੱਲੇਗਾ, ਜਿਸ ਤਰ੍ਹਾਂ ਪਿੱਛੇ ਲੋਕਾਂ ਨੇ 3-4 ਵਾਰੀ ਸੁਖਬੀਰ ਸਿੰਘ ਬਾਦਲ ਦਾ ਡਰਾਮਾ ਵੇਖਿਆ, SIT ਦਾ ਡਰਾਮਾ ਵੇਖਿਆ, ਸਵੇਰੇ ਇੱਕ ਹੋਰ ਵੇਖੋ। ਕੋਈ ਮੈਨੂੰ ਲੱਗਦਾ ਨਹੀਂ ਕਿ ਕੋਈ ਧਮਾਕੇ ਵਾਲੀ ਗੱਲ ਜਿਹੜੀ ਹੈ ਸਵੇਰ ਦੀ ਨਜ਼ਰ 'ਚ ਹੋਵੇ। ਹਾਂ ਬਰਗਾੜੀ ਮੋਰਚੇ ਵਾਲਿਆਂ ਨੂੰ ਵੇਖਣਾ ਹੋਏਗਾ ਕਿ ਉਹ 15 ਦਸੰਬਰ ਨੂੰ ਆਪਣਾ ਅਗਲਾ ਪ੍ਰੋਗਰਾਮ ਦਾ ਕੀ ਐਲਾਨ ਕਰਦੇ ਹੈ। ਜੀ ਬਿਲਕੁਲ ਬਿਲਕੁਲ, ਪਿਛਲੀ ਵਾਰੀ ਕੁਮਨ ਵਿਜੇ ਪ੍ਰਤਾਪ ਨੇ ਵੀ ਇਹ ਗੱਲ ਕਹੀ ਸੀ ਕਿ SIT ਨੇ ਸੁਖਬੀਰ ਸਿੰਘ ਬਾਦਲ ਤੋਂ ਕੋਈ ਪੁੱਛਗਿੱਛ ਤਾਂ ਨਹੀਂ ਕੀਤੀ, ਉਲਟਾ ਮੇਰੇ ਖਿਲਾਫ਼ ਭੜਕਾਇਆ ਤੇ ਚਾਹ ਪਕੌੜੇ ਖਵਾ ਕੇ ਜਿਹੜਾ ਸਿਰਫ਼ ਔਰ ਸਿਰਫ਼ ਵਾਪਸ ਭੇਜਤਾ ਤੇ ਪੁੱਛਗਿੱਛ ਉੱਥੇ ਜਿਹੜੀ ਆ ਕੋਈ ਨਹੀਂ ਹੋਈ। ਇਹ ਜਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਕਹੀਆਂ ਕੁਮਨ ਵਿਜੇ ਪ੍ਰਤਾਪ ਨੇ ਉਹ ਵੀ ਜਿਹੜੀਆਂ ਵੱਡੀਆਂ ਆਪਣੇ ਆਪ ਚ ਮਾਇਨੇ ਰੱਖਦੀਆਂ ਨੇ ਕਿ ਸਾਹਿਬ ਕੱਲ ਨੂੰ ਦੇਖਣਗੇ ਲੋਕ ਕੁਮਨ ਵਿਜੇ ਪ੍ਰਤਾਪ ਉਹਨਾਂ ਦੇ ਕੋਲੇ ਵੀ ਕੋਈ ਨਾ ਕੋਈ ਇਨਫੋਰਮੇਸ਼ਨ ਕੱਲ ਨੂੰ ਹੋਊਗੀ ਕਿ ਕੁਝ ਉੱਥੇ ਗੱਲਬਾਤ ਹੋਣੀ ਹੈ ਜਾਂ ਕਿਵੇਂ, ਤਾਂ ਉਹ ਵੀ ਇੱਕ ਦੇਖਣ ਵਾਲੀ ਗੱਲ ਹੋਊਗੀ ਕੁਮਨ ਵਿਜੇ ਪ੍ਰਤਾਪ ਦਾ ਕੱਲ ਨੂੰ ਕੀ ਰੁੱਖ ਰਹਿਣ ਵਾਲਾ। ਸੁਖਵਿੰਦਰ ਜੀ ਵੇਖੋ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਪਿਛਲੀ ਜਦੋਂ LK ਯਾਦਵ ਦੀ ਸੁਖਬੀਰ ਸਿੰਘ ਬਾਦਲ ਨਾਲ ਇਹ ਮੁਲਾਕਾਤ ਹੋਈ ਤਾਂ ਬਾਹਰ ਆਣ ਕੇ ਜਿਹੜੀ ਸੁਖਬੀਰ ਸਿੰਘ ਬਾਦਲ ਦੀ ਇੱਕ ਸਟੇਟਮੈਂਟ ਬੜੀ ਉਹਨਾਂ ਨੇ ਦਿੱਤੀ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਆਵੇਗੀ ਤਾਂ ਕਵਰ ਵਿਜੇ ਪ੍ਰਤਾਪ ਨਾਲ ਉਦੋਂ ਨਜਿੱਠਿਆ ਜਾਵੇਗਾ। ਤਾਂ ਇਸ ਗੱਲ ਨੂੰ ਕਵਰ ਵਿਜੇ ਪ੍ਰਤਾਪ ਸਿੰਘ ਹੋਣਾ ਨੇ ਵਿਧਾਨ ਸਭਾ ਦੇ ਫਲੋਰ ਤੋਂ ਬਿਠਾਇਆ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਮੁੱਖ ਮੰਤਰੀ ਦੇ ਨੋਟਸ ਦੇ ਵਿੱਚ ਵੀ ਇਹ ਗੱਲ ਜਿਹੜੀ ਲੈ ਕੇ ਆਇਆ, ਇਹ ਤੁਹਾਨੂੰ ਯਾਦ ਹੋਣਾ ਯਾਦ ਹੋਵੇਗਾ। ਤੇ ਕੁਦਰਤੀ ਤੌਰ ਤੇ ਇਸ ਸਾਰੇ ਜੋ ਵੀ ਇਹ ਮੁੱਦਾ ਆਇਆ ਜਾਂ ਜੋ ਵੀ ਜਾਂਚ ਅਕਾਲੀ ਦਲ ਦੇ ਮਨ ਵਿੱਚ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਜਾਂ ਬਿਕਰਮਜੀਤ ਸਿੰਘ ਮਜੀਠੀਆ ਦੇ ਮਨ 'ਚ ਇਹ ਗੱਲ ਹੈ ਕਿ ਇਹ ਜੋ ਵੀ ਵਰਤਾਰਾ ਉਹਨਾਂ ਦੇ ਖਿਲਾਫ਼ ਕੀਤਾ ਵਰਤਾਇਆ ਜਾ ਰਿਹਾ ਇਹ ਕੇਵਲ ਤੇ ਕੇਵਲ ਕਵਰ ਵਿਜੇ ਪ੍ਰਤਾਪ ਦੀ ਦੇ ਰਹੇ ਆ, ਤਾਂ ਉਸੇ ਹੀ ਕਾਰਨ ਇਹ ਜਿਹੜੀਆਂ ਉਹਨਾਂ ਨੂੰ ਇਹਦੇ ਸਭ ਵਿੱਚ ਫਸਾਇਆ ਜਾ ਰਿਹਾ। ਤੇ ਸ਼ਾਇਦ ਇਸੇ ਹੀ ਕਾਰਨ ਜਦੋਂ ਸੁਖਬੀਰ ਸਿੰਘ ਬਾਦਲ ਹੁਣੀ ਬਾਹਰ ਆਉਂਦੇ ਆ ਤੇ ਆਉਂਦਿਆਂ ਸਭ ਤੋਂ ਪਹਿਲਾਂ ਨਿਸ਼ਾਨਾ
वह कंवर विजय प्रताप को बनाते हैं इस मुद्दे से ना उन्होंने कभी भगवंत मान के खिलाफ कभी बोलिया इस मुद्दे से केवल इनू टारगेट कंवर विजय प्रताप होना टारगेट करते हैं तो कुदरती गल है सुखविंदर जी कल भी जो एस आई टी तो मुलाकात जे सुखबीर सिंह बादल होनी पेश होंगे आ अंदर गलबात होंगी तो तुम देखियो कि जी पहली स्टेटमेंट सुखबीर सिंह की आएगी कंवर विजय प्रताप सिंह के खिलाफ आएगी क्योंकि उसका कारण यो ही है क्योंकि उन्होंने लगता कि यो ही व्यक्ति आ जिहड़ा सानू इस मुद्दे से उलझा रहा है इस मुद्दे से फसा सकता तो क्यों ना असीं इहो जिहियां जिहड़ियां बयानबाजियां उन्हां दे खिलाफ करिए। बाकी सुखविंदर जी सुखबीर सिंह बादल दा एक चरण प्रचित अंदाज हैगा उन्होंने कहना कि लाल डायरी मैं जेब च पाई आ ना लिखी जा रहा अफसरां दे फिर वेखना जो अकाली दल की सरकार आऊगी फिर असीं सजावां जिहड़ियां उह दे मतलब वेखांगे इहनां दा हिसाब किताब करांगे इहो जिहा बयान भी जिहड़ा उह कल सुखबीर सिंह बादल जिहड़ा उह दे सकदे आ। बाकी कंवर विजय प्रताप तां इस मुद्दे ते फिर उह तां तैयार ही तैयार हो कहिंदा कि ठीक आ जो वेखणा जो वेखी जाऊगी पर पहिलां तां इस चीज़ां नूं हल कर दईए। बाकी सुखविंदर जी गल इह हुंदी आ कि सत्ता का नशा तुसी हंडाया हुंदा वह भी 10 साल बापू जी के सिर से पापा जी के सिर से तो तुहाडी पूर्ण वह नशा हौली हौली उतरदा जांदा नहीं वह कित ना कित अंदर दोबारा डंग के रूप च बाहर आउंदा ते जो बाहर असलीयत नाल वाह पैंदा कि अहीं तां है कख नहीं तो फिर बंदा होर कल्पदा तो वह जी स्थिति आ शायद सुखबीर सिंह बादल होना दी आ क्योंकि वह 10 साल जी उन्होंने सत्ता का सुख मानिया सिखर की सत्ता का सुख मानिया पापा जी के सिर से तो हूँ सत्ता 5 साल तो पिछले चले गए तो यह भी 5 साल जाने 10 साल तो तुम सत्ता तो बहर आ गए तो जो 27 तो बाद पता नहीं किड़िया किस राजे की प्रजा होनी है क्योंकि जी तीजी धिर है वह भी बड़ी वीडी पद्धर से पंजाब जंगी पद्धर से प्रवेश करती पई है इन्हों कमजोर करी जा रही है तो अपने बंदे बाहर क्ढ के आप ही कमजोर हो रहे हैं तो सर सुखविंदर जी उस सब स्थितियों के अंदरला जो गुस्सा वह शायद विजय प्रताप से कल सुखबीर सिंह बादल के बयान भी निकलता सामने आ सकता क्योंकि वह हूँ चिड़चिड़े हो चुके हैं क्योंकि पेश कोई जा नहीं रही अकाली दल जरा एक किस्म का कमजोर हों जा रहा जो मुद्दों की गल करता उन्होंने बाहर का रस्ता विखा दिता जाता सो यह सब कुछ कल थानू वेखन मिल सकता जी प्रोग्राम जुड़े बहुत 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 शुक्रिया सुखविंदर जी प्रोफेसर मनजीत सिंह कणकी साहब जिन्हां दे वल्लों इन्हां अहम खबरां ते साडे नाल गलबात कीती गई उम्मीद करदे हां कणकी साहब दे नाल कीती गलबात तुहानूं जरूर पसंद आई होऊ दुबारा फिर मिलांगे धन्नवाद।